ਮਾਤਾ ਚਰਨ ਕੌਰ ਨੇ ਲਾਈਵ ਆ ਕੇ ਕਿਹੜਾ ਭਾਵੁਕ ਬਿਆਨ ਦਿੱਤਾ, ਪੂਰੀ ਖਬਰ ਜਾਣਨ ਲਈ ਵੀਡੀਓ ਦੇ ਅਖੀਰ ਤੱਕ ਜ਼ਰੂਰ ਬਣੇ ਰਹੋ। ਮਾਤਾ ਚਰਨ ਕੌਰ ਦੇ ਜਨਮ ਦਿਨ 'ਤੇ ਅੱਜ ਬਹੁਤ ਸਾਰੇ ਕੇਕ ਹਵੇਲੀ ਵਿੱਚ ਕੱਟੇ ਗਏ। ਵੈਸੇ ਤਾਂ ਅੱਜ ਦਾ ਦਿਨ ਹਵੇਲੀ ਵਿੱਚ ਬਹੁਤ ਰੌਣਕ ਭਰਿਆ ਸੀ। ਦੁਪਹਿਰ ਦੇ ਸਮੇਂ ਮਾਤਾ ਚਰਨ ਕੌਰ ਨੇ ਆਪਣੇ ਇੰਸਟਾ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਸੀ, ਜਿਸ ਵਿੱਚ ਮਾਤਾ ਚਰਨ ਕੌਰ ਜੀ ਨੇ ਲਿਖਿਆ ਸੀ ਕਿ ਸ਼ੋਪੁੱਤ, ਅੱਜ ਮੇਰਾ ਜਨਮ ਦਿਨ ਹੈ, ਪਰ ਮੇਰਾ ਮੁੜ ਜਨਮ ਤਾਂ ਉਸੇ ਦਿਨ ਤੁਹਾਡੇ ਨਿੱਕੇ ਵੀਰ ਦਾ ਦੀਦਾਰ ਕਰ ਹੋ ਗਿਆ ਸੀ। ਬੇਟਾ, ਤੁਹਾਡਾ ਖਿਆਲ ਬੇਸ਼ੱਕ ਹਮੇਸ਼ਾ ਮੇਰੀਆਂ ਅੱਖਾਂ ਨਮ ਕਰ ਦਿੰਦਾ, ਪਰ ਅੱਜ 2 ਸਾਲ ਦਾ ਤੁਹਾਡਾ ਵਿਛੋੜਾ ਮੈਨੂੰ ਦੁਹਰਾ ਹੋ ਕੇ ਨਿੱਕੇ ਸ਼ੁਭ ਦੇ ਰੂਪ 'ਚ ਪ੍ਰਾਪਤ ਹੋਇਆ ਅਤੇ ਪੁੱਤ, ਵਾਹਿਗੁਰੂ ਦੀ ਇਸ ਰਹਿਮਤ ਨੇ ਮੇਰਾ ਜਨਮ ਸਫਲ ਕੀਤਾ ਅਤੇ ਪੁੱਤ, ਮੈਨੂੰ ਮੇਰੇ ਦੋਵੇਂ ਪੁੱਤਰਾਂ 'ਤੇ ਮਾਣ ਹੈ। ਅਤੇ ਇਸ ਤੋਂ ਬਾਅਦ ਮਾਤਾ ਚਰਨ ਕੌਰ ਜੀ ਦਾ ਇੱਕ ਲਾਈਵ ਬਿਆਨ ਵੀ ਸਾਹਮਣੇ ਆਉਂਦਾ ਹੈ, ਜਿਸ ਵਿੱਚ ਮਾਤਾ ਜੀ ਕਹਿੰਦੇ ਹਨ ਕਿ ਅੱਜ ਸਵੇਰ ਤੋਂ ਛੋਟੇ ਸ਼ੁਭ ਨਾਲ ਜਨਮਦਿਨ ਮਨਾਉਂਦੇ ਮੈਨੂੰ ਬਹੁਤ ਖੁਸ਼ੀ ਮਿਲੀ, ਪਰ ਜਦੋਂ ਹੀ ਧਿਆਨ ਸਿੱਧੂ ਵੱਲ ਜਾਂਦਾ ਸੀ ਤਾਂ ਸਾਰੀ ਖੁਸ਼ੀ ਗਮੀ ਵਿੱਚ ਚਲੀ ਜਾਂਦੀ ਸੀ। ਇਹ ਕੇਵਲ ਅੱਜ ਦੇ ਦਿਨ ਹੀ ਨਹੀਂ ਹੋਇਆ, ਹਰ ਰੋਜ਼ ਮੇਰੇ ਅਤੇ ਤੁਹਾਡੇ ਬਾਪੂ ਨਾਲ ਹੁੰਦਾ ਹੈ। ਜੇ ਅਸੀਂ 10 ਮਿੰਟ ਖੁਸ਼ ਹੋ ਜਾਈਏ ਤਾਂ ਆਉਣ ਵਾਲੇ 1-2 ਘੰਟੇ ਅਸੀਂ ਉਦਾਸ ਰਹਿੰਦੇ ਹਾਂ, ਫਿਰ ਮਨ ਨੂੰ ਸਮਝਾਉਂਦੇ ਹਾਂ ਕਿ ਤਕੜੇ ਹੋ ਕੇ ਹੀ ਦੁਨੀਆ 'ਤੇ ਰਿਹਾ ਜਾਵੇਗਾ। ਅਸੀਂ ਓਨਾ ਟਾਈਮ ਕਾਇਮ ਰਹਿਣਾ ਜਿੰਨਾ ਸਮਾਂ ਛੋਟਾ ਸ਼ੁਭ ਆਪਣੇ ਪੈਰਾਂ 'ਤੇ ਨਹੀਂ ਖੜ੍ਹਾ ਹੁੰਦਾ। ਫਿਰ ਇਸ ਤੋਂ ਬਾਅਦ ਮਾਤਾ ਚਰਨ ਕੌਰ ਜੀ ਨੇ ਇੱਕ ਗੱਲ ਹੋਰ ਵੀ ਦੱਸੀ ਕਿ ਮੇਰੇ ਸੁਪਨੇ ਵਿੱਚ ਅਕਸਰ ਸਿੱਧੂ ਦਿਖਾਈ ਦਿੰਦਾ ਹੈ ਅਤੇ ਠੀਕ ਕੱਲ੍ਹ ਰਾਤ, ਜਾਣੀ ਮਾਤਾ ਜੀ ਦੇ ਜਨਮ ਦਿਨ ਤੋਂ 1 ਰਾਤ ਪਹਿਲਾਂ ਬਾਈ ਸਿੱਧੂ ਉਹਨਾਂ ਦੇ ਸੁਪਨੇ ਵਿੱਚ ਆਇਆ ਸੀ। ਉਹਨਾਂ ਨੇ ਦੱਸਿਆ, ਮੈਨੂੰ ਉਹ ਸੁਪਨਾ ਚੰਗੀ ਤਰ੍ਹਾਂ ਤਾਂ ਨਹੀਂ ਯਾਦ, ਪਰ ਮੈਨੂੰ ਸਿੱਧੂ ਨੇ ਘੁੱਟ ਕੇ ਜੱਫੀ ਪਾਈ ਹੋਈ ਸੀ ਅਤੇ ਇਸ ਦਾ ਅਹਿਸਾਸ ਜਦੋਂ ਹੀ ਮੈਂ ਕਰਦੀ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ। ਇਹ ਭਾਵੁਕ ਬਿਆਨ ਸਨ ਮਾਤਾ ਚਰਨ ਕੌਰ ਜੀ ਦੇ। ਇਹਨਾਂ ਬਿਆਨਾਂ ਬਾਰੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਕੇ ਜਾਇਓ। ਧੰਨਵਾਦ।